ਬੁਢਲਾਡਾ ਦੀਆਂ ਬਦਹਾਲ ਸੜਕਾਂ, ਮਾੜੀ ਸਫਾਈ ਵਿਵਸਥਾ ਅਤੇ ਬੰਦ ਸੀਵਰੇਜ ਦਾ ਠੋਸ ਹੱਲ ਨਾ ਹੋਣ ਕਾਰਨ ਬੁਢਲਾਡਾ ਦੇ ਹਜ਼ਾਰਾਂ ਕਾਰੋਬਾਰੀਆਂ ਨੇ ਆਪਣਾ ਕਾਰੋਬਾਰ ਬੰਦ ਕਰਕੇ ITI ਚੌਂਕ ਵਿਖੇ ਚੱਕਾ ਜਾਮ ਕਰਕੇ ਸਰਕਾਰ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉੱਥੇ ਹੀ ਦੋ ਵਿਅਕਤੀਆਂ ਵੱਲੋਂ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਗਈ। ਪੈਸਾ ਬਹੁਤ ਭੇਜਿਆ ਜੀ, ਪਰ ਪੈਸਾ ਆਪਣੇ ਚਹੇਤਿਆਂ ਲਈ ਭੇਜਿਆ, ਪਬਲਿਕ ਲਈ ਕੋਈ ਪੈਸਾ ਨਹੀਂ ਆਇਆ। ਜੇ ਕੋਈ ਲੱਗਿਆ ਤਾਂ ਉਹਨਾਂ ਨੂੰ ਹਿਸਾਬ ਦੇਣਾ ਚਾਹੀਦਾ, ਲੱਗਿਆ ਕਿਤੇ ਦਿਸਣਾ ਚਾਹੀਦਾ। ਮੈਂ ਰੱਬ ਤੋਂ ਡਰ ਕੇ ਇਹ ਗੱਲ ਕਹਿ ਸਕਦਾ, ਬੁਢਲਾਡੇ ਨੂੰ ਜੋੜਨ ਵਾਲੀ ਚਾਹੇ ਕੋਈ ਮੇਨ ਸੜਕ ਹੈ ਚਾਹੇ ਕੋਈ ਲਿੰਕ ਸੜਕ ਹੈ, ਇੱਕ ਵੀ ਸੜਕ ਸਾਫ਼ ਨਹੀਂ। ਸ਼ਹਿਰ ਦੇ ਵਿੱਚ ਇੱਕ ਵੀ ਸੜਕ ਕੋਈ ਸਾਬਤ ਕੀਤੀ ਜਾਵੇ ਚੌੜੀ ਗਲੀ ਨੂੰ ਛੱਡ ਕੇ, ਵੀ ਜਿਹੜੀ ਗਲੀ 'ਤੇ ਬੰਦਾ ਸਕਸੈਸਫੁੱਲ ਚੱਲ ਸਕਦਾ। ਇੱਕ ਸਾਹਮਣੇ ਉਦਾਹਰਨ ਹੈ, ਪਿਛਲੇ ਸਾਲ ਮੀਂਹਾਂ ਦੇ ਕਾਰਨ ਸੜਕਾਂ 'ਤੇ ਖੱਡੇ ਪਏ, ਦੋ ਬੱਚਿਆਂ ਦੀ ਸਕੂਲ ਆਉਂਦਿਆਂ ਦੀ ਡੈਥ ਹੋਈ, ਉਹਨਾਂ ਪਰਿਵਾਰਾਂ ਨੂੰ ਪੁੱਛੋ। ਸ਼ਹਿਰ ਦੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਤਾਂ ਜਿਵੇਂ ਸ਼ਹਿਰ ਦੀ ਅਪਰੋਚ ਰੋਡ ਹੈ ਭਿੱਖੀ ਰੋਡ, ਅਤੇ ਇੱਕ ਜਾਖਲ ਰੋਡ ਜਾਣੀ ਕਿ ਹੈਗੀ ਜਿਹੜੀ ਭਿੱਖੀ ਆਪਣਾ ਰਤੀਆ ਰੋਡ, ਅਤੇ ਸ਼ਹਿਰ ਦੀ ਇੰਟਰਨਲ ਕਈ ਰੋਡਾਂ ਨੇ ਜਿਨ੍ਹਾਂ ਦਾ ਕਿ ਬਹੁਤ ਮਾੜਾ ਹਾਲ ਹੈ। ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਸੜਕਾਂ ਦੀ ਡਿਮਾਂਡ ਚੱਲਦੀ ਆ ਰਹੀ ਹੈ ਵੀ ਇਹਨਾਂ ਨੂੰ ਠੀਕ ਕੀਤਾ ਜਾਵੇ। ਸ਼ਹਿਰ ਦੇ ਵਿੱਚ ਸੀਵਰੇਜ ਸਿਸਟਮ ਦਾ ਇੰਨਾ ਮਾੜਾ ਹਾਲ ਹੈ ਕਿ ਪਾਣੀ ਜਦੋਂ ਕੋਈ ਮਾੜਾ ਜਿਹਾ ਵੀ ਥੋੜ੍ਹਾ ਜਿਹਾ ਵੀ ਕੋਈ ਓਵਰਫਲੋ ਹੁੰਦਾ ਤਾਂ ਸ਼ਹਿਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਇਕੱਠਾ ਹੋ ਜਾਂਦਾ ਹੈ। ਸ਼ਹਿਰ ਦੀ ਸਫਾਈ ਦਾ ਇੰਨਾ ਮਾੜਾ ਹਾਲ ਹੈ ਵੀ ਸ਼ਹਿਰ ਦੇ ਵਿੱਚ ਅੱਜ ਕੋਈ ਨਾ ਕੋਈ ਭਿਆਨਕ ਬਿਮਾਰੀਆਂ ਕਈ ਤਰ੍ਹਾਂ ਦੇ ਰੂਪ ਲੈ ਚੁੱਕੀਆਂ ਨੇ। ਅੱਜ ਬੁਢਲਾਡੇ ਨੂੰ ਸੋਸ਼ਲ ਮੀਡੀਆ 'ਚ ਇੰਨਾ ਕੁ ਬਦਨਾਮ ਕਰ, ਇਹ ਸਾਡੇ ਬੁਢਲਾਡੇ ਦੇ ਵਿੱਚ ਪਿਛਲੇ ਲਗਾਤਾਰ 5-7 ਸਾਲਾਂ ਤੋਂ ਜਿਹੜੇ ਵੀ ਸਰਕਾਰ ਵੱਲੋਂ ਕੋਈ ਆਈਆਂ ਗਰਾਂਟਾਂ ਉਹ ਸਾਡੇ ਲੋਕਾਂ ਦੇ ਇੱਕ ਵਿਰੋਧ ਨਾ ਕਰਨ 'ਤੇ ਉਹ ਖੁਰਦ ਬੁਰਦ ਹੁੰਦੀਆਂ ਰਹੀਆਂ। ਉਹਦਾ ਰਿਜ਼ਲਟ ਅੱਜ ਇਹ ਦੇਖਣ ਨੂੰ ਮਿਲ ਰਿਹਾ ਕਿ ਸਾਡੇ ਬੁਢਲਾਡੇ ਦਾ ਜੋ ਹਾਲ ਹੈ, ਅਸੀਂ ਨਰਕ ਭਰੀ ਇੱਕ ਗੁਲਾਮੀ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਾਂ, ਕਿਉਂਕਿ ਕੁਛ ਪ੍ਰਭਾਵ ਹੀ ਇਸ ਤਰ੍ਹਾਂ ਦਾ ਪਾ ਦਿੱਤਾ ਜਾਂਦਾ। ਲੋਕ ਜਿਹੜੀਆਂ ਸਾਡੇ ਸਰਕਾਰ ਵੱਲੋਂ ਸਾਡੇ ਟੈਕਸਾਂ ਰਾਹੀਂ ਦਿੱਤੀਆਂ ਸਾਡੇ ਸ਼ਹਿਰ ਨੂੰ ਆਈਆਂ ਗਰਾਂਟਾਂ। ਮਾਨਸਾ ਤੋਂ ਜੀਵਨ ਕ੍ਰਾਂਤੀ ਦੀ ਰਿਪੋਰਟ।